ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੇਰੇ ਸਤਿਕਾਰਯੋਗ ਵੀਰੋ ਕੁੱਲੀ ਗਰੀਬਾਂ ਦੀ ਵੱਲੋਂ ਆਪਾਂ ਲਾਈਵ ਹੋਏ ਹਾਂ ਪਿੰਡ ਭੋਰਸ਼ੀ ਰਾਜਪੂਤਾਂ। ਇਹ ਮੈਨੂੰ ਸਵੇਰ ਦਾ ਫੋਨ ਕਰ ਰਹੇ, ਕੱਲ੍ਹ ਵੀ ਬੁਲਾ ਰਹੇ ਸੀਗੇ, ਬਰਾਤ ਸੀਗੇ ਵੀਰ ਦੀ ਕੱਲ੍ਹ, ਇਹਦਾ ਆਨੰਦ ਕਾਰਜ ਹੋਇਆ ਵੀਰ ਕੁਲਵੀਰ ਸਿੰਘ ਦੇ ਬੇਟੇ ਦਾ ਲਵਜੀਤ ਦਾ, ਅਤੇ ਦੱਸਦਾ ਸਮਾਂ ਨਹੀਂ, ਅੱਜ ਵੀ ਫੋਨ ਕਰ ਰਹੇ ਸੀਗੇ ਮੈਨੂੰ। ਅਤੇ ਤੁਹਾਨੂੰ ਪਤਾ ਵਾ ਕਿ ਬਹੁਤਾ ਤਾਂ ਜਿਹੜਾ ਵਾ ਸਾਨੂੰ ਸੱਦਣਾ ਹੁੰਦਾ ਵਾ ਇਹ ਉਸ ਭੈਣ ਭਰਾ ਨੇ ਜਿਹਨੂੰ ਕੋਈ ਮੈਡੀਕਲ ਸਹਾਇਤਾ ਦੀ ਲੋੜ ਹੁੰਦੀ ਆ, ਜਾਂ ਕਿਸੇ ਗਰੀਬ ਧੀ ਦਾ ਵਿਆਹ ਦਾ ਜਿਹੜਾ ਕਾਰਜ ਅੜਿਆ ਹੋਵੇ ਉਸ ਵਾਸਤੇ ਸੱਦਣਾ ਹੁੰਦਾ, ਜਾਂ ਉਸ ਤਰ੍ਹਾਂ ਕਿਸੇ ਦਾ ਮਕਾਨ ਆ। ਅਤੇ ਅੱਜ ਵਧਾਈ ਵਾਲੀ ਗੱਲ ਆ ਕਿ ਇਹਨਾਂ ਨੇ ਸਾਨੂੰ ਕੁੱਲੀ ਗਰੀਬਾਂ ਦੀ ਪੇਜ ਨੂੰ ਕੁਛ ਨਾ ਕੁਛ ਦਸਵੰਧ ਵਿਆਹ ਦੀ ਖੁਸ਼ੀ ਦੇ ਵਿੱਚ ਜਿਹੜਾ ਵਾ ਉਹ ਦੇਣ ਵਾਸਤੇ ਸਾਨੂੰ ਬੁਲਾਇਆ ਵਾ। ਵੀਰ ਕੁਲਵੀਰ ਸਿੰਘ ਅਤੇ ਉਹਨਾਂ ਦੇ ਬੇਟੇ ਲਵਜੀਤ ਦੀ ਮੈਂ ਸੋਚ ਨੂੰ ਸਲਾਮ ਕਰਦਾ, ਸਲੂਟ ਕਰਦਾ ਵਾਂ ਕਿ ਵਾਕਿਆ ਹੀ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ, ਸੋਸ਼ਲ ਮੀਡੀਆ ਲੋਕ ਸਿਆਣੇ ਹੋ ਰਹੇ, ਅੱਗੇ ਵੀ ਸਿਆਣੇ ਸੀ ਪਰ ਸਿਆਣੇ ਹੋ ਰਹੇ ਆ। ਅਤੇ ਬੜਾ ਵਧੀਆ ਇਹਨਾਂ ਨੇ ਮੈਸੇਜ ਦਿੱਤਾ ਵਾ ਅਤੇ ਸਾਨੂੰ ਜਿਹੜਾ ਵਾ ਕਿ ਦਸਵੰਧ ਦੇਣ ਵਾਸਤੇ ਬੁਲਾਇਆ ਵਾ, ਕਿ ਮੈਂ ਚਾਹੁੰਦਾ ਵਾਂ ਸਾਡੀ ਧੀ ਦੇਵੇ ਆਪਣੇ ਹੱਥੋਂ ਦਸਵੰਧ। ਮਾਲਕ ਤੁਹਾਨੂੰ ਕੁੱਲ ਜਹਾਨ ਦੀਆਂ ਖੁਸ਼ੀਆਂ ਜਿਹੜੀਆਂ ਵਾ ਉਹ ਦੇਵੇ। ਸੋ ਮੇਰੇ ਵੀਰੋ, ਇਹ ਗਿਣਤੀ ਦੇ ਵਿੱਚ ਤਾਂ ਆਪਾਂ ਇਹਨੂੰ ਸਿਰਫ 1500 ਰੁਪਇਆ ਕਹਿ ਸਕਦੇ, ਪਰ ਸਾਡੇ ਟੀਮ ਵਾਸਤੇ, ਸਾਡੀ ਕੁੱਲੀ ਗਰੀਬਾਂ ਦੀ ਪੇਜ ਵਾਸਤੇ, ਸਾਡੇ ਵਾਸਤੇ, ਦਾਸ ਵਾਸਤੇ 1,500,000 ਰੁਪਇਆ ਵਾ, 1500 ਰੁਪਇਆ ਨਹੀਂ, 1,500,000 ਆ ਜਿਹੜਾ ਕਿ ਅਸੀਂ ਆਉਣ ਵਾਲੇ ਸਮੇਂ 'ਚ ਕਿਸੇ ਲੋੜਵੰਦ ਪਰਿਵਾਰ ਦੀ ਹੈਲਪ ਵਾਸਤੇ ਅਸੀਂ ਵਰਤਾਂਗੇ। ਅਤੇ ਕਹਿਣਾ ਚਾਹੁੰਦੇ ਜੇ ਕੁਛ ਵੀਰ ਕੁਲਵੀਰ ਸਿੰਘ ਦਾ ਬੇਟਾ ਵਾ, ਤੇ ਕੱਲ ਇਹਨਾਂ ਦੀ ਮੈਰਿਜ ਹੋਈ ਆ ਹੋਇਆ, ਤੇ ਜ਼ਰੂਰ ਵਧਾਈਆਂ ਦਿਓ। ਇੱਕ ਜਿਹੜਾ ਵਾ ਇੱਕ ਮੈਸੇਜ ਦਿੱਤਾ ਵਾ ਸਮਾਜ ਨੂੰ, ਸੋ ਲੋੜ ਆ ਸਾਨੂੰ ਇਸ ਬੰਨੇ ਆਉਣ ਦੀ। ਇਹਨਾਂ ਬੇਨਤੀਆਂ ਨੂੰ ਮੈਂ ਖੇਵਾਂ ਦਾ ਜਾ ਚੁੱਕਿਆ। ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ, ਇਹੋ ਜਿਹੀਆਂ ਪੋਸਟਾਂ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਸਾਡੇ ਪੇਜ ਨਾਲ ਲੋਕ ਜੁੜ ਸਕਣ। ਲੋੜਵੰਦਾਂ ਦੀ ਵੀ ਸਾਨੂੰ ਲੋੜ ਆ ਅਤੇ ਸਾਨੂੰ ਇਹੋ ਜਿਹੇ ਦਾਨੀ ਸੱਜਣਾਂ ਦੀ ਵੀ ਲੋੜ ਆ। ਇਹਨਾਂ ਬੇਨਤੀਆਂ ਦਾ ਮੈਂ ਖੇਮਾਂ ਦਾ ਜਾ ਚੁੱਕਿਆ। ਗੁਰੂ ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।